ਕੀਤਾ ਉਹ ਮੇਰੇ ਖਿਆਲ ਚੋਂ ਆਪਣੇ ਉਸਤਾਦਾਂ ਤੋਂ ਵੀ ਅੱਗੇ ਨਿਕਲ ਗਏ ਹਾਂ। ਤੇ ਸਾਡੇ ਜਿਹੜੇ ਕਾਲਜ ਦੇ ਵਿੱਚ ਨਾ ਇੱਕ ਪ੍ਰੋਫੈਸਰ ਸੀਗਾ, ਉਹਦੀ ਗੱਲ ਮੈਨੂੰ ਚੇਤੇ ਆਉਂਦੀ ਹੈ ਜਿਹੜੀ ਇੱਕਦਮ ਇੱਥੇ ਢੁੱਕਦੀ ਹੈ। ਉਹ ਕਹਿੰਦਾ ਜਦੋਂ ਇੱਕ ਸਟੂਡੈਂਟ ਐਗਜ਼ਾਮ ਦੇਣ ਆਉਂਦਾ ਤੇ ਉਦੋਂ ਉਸ ਸਬਜੈਕਟ ਬਾਰੇ ਉਹਦੀ ਨੌਲੇਜ ਉਹਦੇ ਗੁਰੂ ਨਾਲੋਂ ਵੀ ਜ਼ਿਆਦਾ ਹੁੰਦੀ ਹੈ, ਕਿਉਂਕਿ ਉਹਨੇ ਇੰਨੀ ਜ਼ਿਆਦਾ ਰਿਆਜ਼ ਕੀਤਾ ਹੁੰਦਾ, ਇੰਨੀ ਜ਼ਿਆਦਾ ਪ੍ਰੈਕਟਿਸ ਕੀਤੀ ਹੁੰਦੀ ਹੈ ਕਿ ਸ਼ਾਇਦ ਜੇ ਉਹਦੇ ਟੀਚਰ ਨੂੰ ਵੀ ਉਹੀ ਐਗਜ਼ਾਮ ਦੇ ਦਿੱਤਾ ਜਾਏ ਨਾ ਤਾਂ ਉਹਦੇ ਵੀ ਉਹਨੇ ਨੰਬਰ ਨਾ ਆਉਣ। ਸੋ ਅੱਜ ਸਾਰਿਆਂ ਬੱਚਿਆਂ ਲਈ, ਉਹਨਾਂ ਦੇ ਟੀਚਰਸ ਲਈ ਤੇ ਉਹਨਾਂ ਦੇ ਪੇਰੈਂਟਸ ਲਈ ਇੱਕ ਜਕਾਰਾ ਸਾਰਿਆਂ ਵੱਲੋਂ ਹੋ ਜੇ, ਬੋਲੇ ਸੋ ਨਿਹਾਲ। ਇੱਕ ਚੀਜ਼ ਜਿਹੜੀ ਮੈਂ ਨਹੀਂ ਸੀ ਦੇਖੀ ਤੇ ਰਿਕਾਰਡਿੰਗ 'ਚ ਵੀ ਨਹੀਂ ਸੀ ਆਈ ਸਾਡੇ ਕੋਲ, ਉਹ ਅਸੀਂ ਸਾਰਿਆਂ ਨੇ ਹੁਣੇ ਜਿਹੜਾ ਤਬਲੇ ਦੇ ਉੱਤੇ ਅਕਾਲਜੋਤ ਸਿੰਘ ਨੂੰ ਸਰਵਣ ਕੀਤਾ, ਕਮਾਲ ਦੀ ਪਰਫਾਰਮੈਂਸ। ਔਰ ਇਸ ਏਜ ਦੇ ਵਿੱਚ 10.5 ਮਾਤਰਾ ਦੀ ਤਾਲ ਉਹਨਾਂ ਨੇ ਵਜਾਈ ਤੇ ਮੈਨੂੰ ਉਹਦਾ ਨਾਂ ਨਹੀਂ ਪਤਾ ਉਹਨੂੰ ਕੀ ਕਹਿੰਦੇ 10.5 ਮਾਤਰਾ ਦੀ ਤਾਲ ਨੂੰ। ਅਕਾਲਜੋਤ ਸ਼ਾਇਦ ਸਾਰਿਆਂ ਨੂੰ ਸਾਇੰਸ ਪਾ ਸਕੇ ਕਿ ਉਹ ਤਾਲ ਦਾ ਕੋਈ ਨਾਮ ਨਹੀਂ ਹੈਗਾ, 10.5 ਮਾਤਰਾ ਦੀ ਤਾਲ। ਸੋ ਨੋਰਮਲੀ ਜਿਹੜੀਆਂ ਅਸੀਂ ਤਾਲਾਂ ਕਰਦੇ ਹਾਂ ਨਾ, ਚੰਗੇ ਤੋਂ ਚੰਗੇ ਜਿਹੜੇ ਰਾਗੀ ਨੇ ਜਾਂ ਸਕਾਲਰਸ ਵੀ ਨੇ, ਅਸੀਂ ਨੋਰਮਲ ਕਰਦੇ ਹਾਂ 6 ਮਾਤਰਾ, 7 ਮਾਤਰਾ, 14 ਮਾਤਰਾ, 16 ਮਾਤਰਾ, 11 ਮਾਤਰਾ, ਈਵਨ ਔਰ ਔਡ ਨੰਬਰ। ਫਰੈਕਸ਼ਨ 'ਚ ਕਦੇ ਨੋਰਮਲੀ ਨਹੀਂ ਤਾਲ ਵਜਾਈ ਜਾਂਦੀ, ਕਈ ਹੈਗੇ ਗੁਣਵਾਨ ਜਿਹੜੇ ਵਜਾਉਂਦੇ ਹਨ, ਪਰ ਅੱਜ ਇਹਨਾਂ ਨੇ ਉਹ ਤਾਲ, ਦਿਸ ਇਜ਼ ਵੈਰੀ ਰੇਅਰ ਕੈਪੇਬਿਲਿਟੀ। ਇਹਦੇ ਪਿੱਛੇ ਕਿੰਨੇ ਸਾਲਾਂ ਦਾ ਰਿਆਜ਼ ਹੈ, ਇਹਨਾਂ ਦਾ ਕਿੰਨੀ ਮਿਹਨਤ ਹੈ ਇਹਨਾਂ ਦੀ ਆਪਣੀ, ਤੇ ਕਿੰਨੀ ਮਿਹਨਤ ਇਹਨਾਂ ਦੇ ਟੀਚਰ ਸੀ। ਸੋ ਬਹੁਤ ਵਧੀਆ, ਤੇ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਹੋਰ ਵੀ ਅੱਗੇ ਇਸੇ ਤਰੀਕੇ ਨਾਲ ਆਪਣੀ ਪ੍ਰੈਕਟਿਸ ਜਾਰੀ ਰੱਖੋਗੇ। ਹੁਣ ਮੈਂ ਕੁਛ ਸ਼ੇਅਰ ਕਰਨਾ ਚਾਹਾਂਗਾ ਜਿਹੜੇ ਬੱਚਿਆਂ ਨੇ ਪਰਫਾਰਮੈਂਸਿਸ ਦਿੱਤੀਆਂ। ਸੋ ਤਕਰੀਬਨ 250 ਬੱਚਿਆਂ ਨੇ ਪਾਰਟੀਸਪੇਟ ਕੀਤਾ ਸੰਮੇਲਨ ਦੇ ਵਿੱਚ, 45 ਦੇ ਕਰੀਬ ਟੀਮਾਂ ਆਈਆਂ ਸੀਗੀਆਂ। ਸੋ ਉਹਨਾਂ ਦੇ ਵਿੱਚ ਇੱਕ ਤੋਂ ਇੱਕ ਵੱਧ ਕੇ ਜਿਹੜੀ ਬੱਚਿਆਂ ਦੀ ਤਿਆਰੀ, ਇੱਕ ਤੋਂ ਇੱਕ ਵੱਧ ਕੇ ਉਹਨਾਂ ਦੀ ਪਰਫਾਰਮੈਂਸ ਸੀਗੀ। ਬੱਚਿਆਂ ਨੇ ਬਹੁਤ, ਜਿਹੜੇ ਗਰੁੱਪ ਸੀਗਾ ਉਹਨਾਂ ਨੇ ਪੜਤਾਲ ਦੇ ਸ਼ਬਦ ਪੜ੍ਹੇ। ਪੜਤਾਲ ਬਾਰੇ ਉਹ ਬੱਚੇ ਅਤੇ ਉਹਨਾਂ ਦੇ ਟੀਚਰ ਤਾਂ ਜਾਣਦੇ ਹੋਣਗੇ, ਬਟ ਮੈਂ ਬੜਾ ਬਰੀਫਲੀ ਸੰਗਤ ਨਾਲ ਸਾਂਝ ਪਾਉਣੀ ਚਾਹਾਂਗਾ ਪੜਤਾਲ ਕਿਸ ਨੂੰ ਕਹਿੰਦੇ ਨੇ, ਕਿਉਂਕਿ ਬੜੀ ਵੱਡੀ ਦੇਣ ਹੈ ਗੁਰੂ ਰਾਮਦਾਸ ਪਾਤਸ਼ਾਹ ਦੀ ਸਾਰੀ ਦੁਨੀਆਂ ਨੂੰ। ਪੜਤਾਲ ਕਿਸਮ ਦਾ ਗਾਇਨ ਸਿਰਫ ਤੇ ਸਿਰਫ ਸਿੱਖ ਕੀਰਤਨ ਦੇ ਵਿੱਚ ਮਿਲਦਾ। ਪੜਤਾਲ ਟਾਈਟਲ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਿਲਦਾ। ਪੜਤਾਲ ਦਾ ਅਖਰੀ ਅਰਥ ਹੈਗਾ ਤਾਲ ਦਾ ਪਰਤਣਾ, ਚੇਂਜਿੰਗ ਆਫ ਤਾਲ ਐਸ ਦਾ ਸ਼ਬਦ ਸ਼ਬਦ ਪ੍ਰੋਗਰੈਸਿਸ। ਜਦੋਂ ਅਸੀਂ ਸਥਾਈ ਪੜਾਂਗੇ ਉਹ ਇੱਕ ਡਿਫਰੈਂਟ ਤਾਲ ਦੇ ਵਿੱਚ ਹੋਏਗਾ, ਜੇ ਅਸੀਂ ਸਥਾਈ ਤੋਂ ਪਹਿਲੇ ਅੰਤਰ ਤੇ ਜਾਵਾਂਗੇ ਉਹਦੀ ਤਾਲ ਬਦਲ ਜਾਏਗੀ, ਕੋਈ ਡਿਫਰੈਂਟ ਤਾਲ 'ਚ ਵੱਜੇਗਾ। ਜਦੋਂ ਵਾਪਸ ਸਥਾਈ 'ਤੇ ਆਵਾਂਗੇ ਫਿਰ ਉਹਦੀ ਤਾਲ ਉਹੀ ਹੋ ਜਾਏਗੀ ਜਿਹਦੇ 'ਤੇ ਸ਼ਬਦ ਸ਼ੁਰੂ ਕੀਤਾ ਸੀਗਾ, ਫਿਰ ਦੂਸਰੇ ਅੰਤਰ ਤੇ ਜਾਵਾਂਗੇ ਫਿਰ ਉਹਦੀ ਤਾਲ ਬਦਲ ਜਾਏਗੀ। ਅਤੇ ਪੜਤਾਲ ਦਾ ਸ਼ਬਦ ਪੜ੍ਹਨਾ ਇਟਸ ਨੋਟ ਐਨ ਈਜ਼ੀ ਥਿੰਗ, ਸਾਨੂੰ ਤਾਂ ਸਿੰਪਲ ਸ਼ਬਦ ਪੜ੍ਹਨਾ ਪੈ ਜਾਂਦੇ ਕਈ ਵਾਰੀ ਸਟੇਜ 'ਤੇ ਆ ਕੇ, ਬੜਾ ਔਖਾ ਲੱਗਦਾ। ਇਹਦੇ ਲਈ ਬੜੀ ਬੜੀ ਮਾਹਿਰੀ ਦੀ ਲੋੜ ਹੈ, ਪਹਿਲੇ ਤਾਂ ਇੰਨੀਆਂ ਤਾਲਾਂ ਦਾ ਤੁਹਾਨੂੰ ਗਿਆਨ ਹੋਣਾ ਚਾਹੀਦਾ, ਫਿਰ ਉਹਦੇ ਵਿੱਚ ਪੜਤਾਲ ਦੇ ਸ਼ਬਦ ਦੇ ਵਿੱਚ ਕਈ ਤਰੀਕੇ ਦੇ ਗਾਇਨ ਯੂਜ਼ ਹੁੰਦਾ, ਵੱਡਾ ਖਿਆਲ, ਛੋਟਾ ਖਿਆਲ, ਧਰੁਪਦ, ਸਾਰਾ ਕੁਛ ਆ ਜਾਂਦਾ। ਸੋ ਕਮਾਲ ਦੀਆਂ ਐਂਟਰੀਜ਼ ਬੱਚਿਆਂ ਦੀਆਂ ਉਹਦੇ ਵਿੱਚ ਸੀਗੀਆਂ। ਵੱਡੇ ਖਿਆਲ ਦਾ ਸ਼ਬਦ ਮੇਰੇ ਖਿਆਲ 'ਚ ਮੈਂ ਪਹਿਲੀ ਵਾਰੀ ਕੰਪੀਟੀਸ਼ਨ 'ਚ ਸੁਣਿਆ ਸੀਗਾ, ਇੱਕ ਗਰੁੱਪ ਨੇ ਉਹ ਵੀ ਤਿਆਰ ਕੀਤਾ। ਸੋ ਬਹੁਤ ਵਧਾਈ ਦੀ ਗੱਲ ਹੈ, ਚੰਗੇ ਚੰਗੇ ਰਾਗੀ ਵੀ ਪੜ੍ਹਦੇ। ਜੇ ਅਸੀਂ ਕਹਿ ਦਈਏ ਨਾ ਜੀ ਵੱਡੇ ਖਿਆਲ ਦਾ ਸ਼ਬਦ ਪੜ੍ਹ ਲਓ, ਜੇ ਕਿਸੇ ਹੋਰ ਦਿਨ ਸੁਣਾਵਾਂਗੇ। ਸੋ ਉਹ ਬੱਚਿਆਂ ਨੇ ਸਾਡੇ ਨਾਲ ਸ਼ੇਅਰ ਕੀਤਾ। ਇੱਕ ਬਹੁਤ ਸੋਹਣਾ ਕਾਂਗੜਾ ਰਾਗ ਦੇ ਵਿੱਚ ਸ਼ਬਦ ਬੱਚਿਆਂ ਨੇ ਪੜ੍ਹਿਆ ਤੇ ਮੈਂ ਆਪਣੀ ਲਾਈਫ 'ਚ ਫਸਟ ਟਾਈਮ ਕਾਂਗੜਾ ਰਾਗ ਦਾ ਗੁਲਦਸਤਾ ਸੁਣਿਆ। ਸੋ ਦੇਖੋ ਕਿਵੇਂ ਨਿਯਮ, ਮੈਂ ਪਰਸਨਲੀ ਇਹ ਸਮਝਦਾ ਕਿ ਜਿਹੜਾ ਗੁਲਦਸਤਾ ਹੈ ਉਹ ਇੱਕ ਇੰਡੀਅਨ ਕਲਾਸੀਕਲ ਮਿਊਜ਼ਿਕ ਦਾ ਫੋਰਮ ਹੈਗੀ ਹੈ, ਜਿਹੜੀ ਅਸੀਂ ਡਿਫਰੈਂਟ ਰਾਗ ਯੂਜ਼ ਕਰਦੇ ਹਾਂ।
ਤੇ ਇਟ ਇਜ਼ ਡਿਫਰੈਂਟ ਦੈਨ ਸਿੱਖ ਕੀਰਤਨ ਤੇ ਉਹਦਾ ਡਾਇਰੈਕਟ ਰਿਲੇਸ਼ਨ ਨਹੀਂ ਹੈ ਸਿੱਖ ਕੀਰਤਨ ਦੇ ਵਿੱਚ ਹਾਂ ਉਹ ਇੱਕ ਕਮਾਲ ਦਾ ਗਾਉਣ ਦਾ ਤਰੀਕਾ ਹੈਗਾ ਬੜੀ ਉਹਦੇ ਲਈ ਵੀ ਪ੍ਰੈਕਟਿਸ ਦੀ ਲੋੜ ਹੁੰਦੀ ਹੈ ਪਰ ਇਹਨਾਂ ਨੇ ਉਹਨੂੰ ਪ੍ਰੂਵ ਕਰਤਾ ਕਿ ਕਿਵੇਂ ਸਿੱਖ ਕੀਰਤਨ ਦੇ ਵਿੱਚ ਵੀ ਤੁਸੀਂ ਠੀਕ ਢੰਗ ਨਾਲ ਗੁਰਦਸਤਾ ਗਾ ਸਕਦੇ ਹੋ ਕਾਨੇਡਾ ਦੇ ਤਿੰਨ ਪ੍ਰਕਾਰ ਗਾਉਂਦੇ ਕਾਨੇਡਾ ਦਾ ਸ਼ਬਦ ਸੀਗਾ ਰਾਗ ਅਸੀਂ ਬਦਲ ਨਹੀਂ ਸਕਦੇ ਜੇ ਗੁਰੂ ਸਾਹਿਬ ਨੇ ਉੱਤੇ ਲਿਖਤਾ ਕਾਨੜਾ ਮਹਿਲਾ ਪੰਜਵਾਂ ਤੇ ਪੂਰੇ ਸ਼ਬਦ ਚ ਕਾਨੜਾ ਹੀ ਚੱਲਣਾ ਚਾਹੀਦਾ ਨਾਰਮਲ ਗੁਰਦਸਤਾ ਜੇ ਅਸੀਂ ਕੀ ਹੁੰਦਾ ਸ਼ੁਰੂ ਕਾਨੜੇ ਤੋਂ ਕੀਤਾ ਵਿੱਚ ਕੋਈ ਹੋਰ ਰਾਗ ਪਿਕ ਕਰ ਲਿਆ ਤੀਜੇ ਅੰਤਰ ਦੇ ਕੋਈ ਹੋਰ ਕਰ ਲਿਆ ਉਹਦੀ ਖਿਚੜੀ ਜੀ ਬਣ ਜਾਂਦੀ ਹੈ ਪਰ ਆਹ ਬਹੁਤ ਸੋਹਣਾ ਲੱਗਿਆ ਜਿਹੜੇ ਬੱਚਿਆਂ ਨੇ ਕੀਤਾ ਬੜੀ ਵਧਾਈ ਦੇ ਪਾਤਰ ਆ ਬੱਚੇ ਜਿਹਨਾਂ ਨੇ ਕਾਨੜੇ ਦਾ ਗੁਰਦਸਤਾ ਸੁਣਾਇਆ ਸੀਗਾ ਤੇ ਸਾਡਾ ਸੈਕਿੰਡ ਲਾਸਟ ਸ਼ਬਦ ਸਾਰਿਆਂ ਨੇ ਸੁਣਿਆ ਹੋਣਾ ਸੰਗਤ ਨੇ ਕਿਸ ਤਰੀਕੇ ਨਾਲ ਬੱਚਿਆਂ ਨੇ ਤਾਨਪੁਰੇ ਦੇ ਉੱਤੇ ਸ਼ਬਦ ਕੀਰਤਨ ਕੀਤਾ ਤਾਨਪੁਰੇ ਦੇ ਉੱਤੇ ਸਿਰਫ ਤਾਨਪੁਰੇ ਅੱਗੇ ਦੋਵੇਂ ਬੱਚਿਆਂ ਕੋਲ ਤਾਨਪੁਰਾ ਸੀਗਾ ਜੇ ਤੁਸੀਂ ਨੋਟ ਕੀਤਾ ਹੋਵੇ ਤਾਨਪੁਰੇ ਦੇ ਉੱਤੇ ਇਕੱਲਾ ਸ਼ਬਦ ਕਰਨਾ ਇਜ਼ ਨਾਟ ਅਨ ਈਜ਼ੀ ਥਿੰਗ ਨਾ ਤੁਹਾਡੇ ਕੋਲ ਹਰਮੋਨੀਅਮ ਹੈ ਨਾ ਤੁਹਾਡੇ ਕੋਲ ਕੋਈ ਹੋਰ ਤੰਤੀ ਸਾਜ਼ ਹੈ ਜਿਹੜਾ ਤੁਹਾਨੂੰ ਲੈ ਦੇ ਰਿਹਾ ਬੜੀ ਵੋਕਲ ਪ੍ਰੈਕਟਿਸ ਦੀ ਲੋੜ ਹੈ ਸੋ ਫਿਰ ਬੜੇ ਵਧਾਈ ਦੇ ਪਾਤਰ ਹੈ ਬੱਚੇ ਉਹਨਾਂ ਦੇ ਟੀਚਰ ਬਹੁਤ ਹੀ ਸੋਹਣਾ ਬੜਾ ਕੁਛ ਮੈਂ ਸਿੱਖਿਆ ਮੈਂ ਤੇ ਕਹਾਂਗਾ ਕਿ ਜ਼ਿਆਦਾ ਮੈਂ ਹੀ ਸਿੱਖਿਆ ਜਿਹੜੇ ਬੱਚਿਆਂ ਦੇ ਨਾਲ ਇੰਟਰੈਕਟ ਕਰਕੇ ਉਹਨਾਂ ਨੂੰ ਸੁਣ ਕੇ ਉਹਨਾਂ ਦੀਆਂ ਪਰਫਾਰਮੈਂਸਿਸ ਸੁਣ ਕੇ ਇੱਕ ਗੱਲ ਮੈਂ ਸਿਰਫ ਹੁਣ ਸ਼ੇਅਰ ਕਰਕੇ ਸਮਾਪਤੀ ਕਰਾਂਗਾ ਕਿ ਅਸੀਂ ਇਸੇ ਚੀਜ਼ ਨੂੰ ਹੋਰ ਅੱਗੇ ਕਿਵੇਂ ਲੈ ਕੇ ਜਾ ਸਕਦੇ ਹਾਂ ਇੱਕ ਨਾ ਅਸੀਂ ਆਲਮੋਸਟ ਕਾਫੀ ਸ਼ਬਦਾਂ ਦੇ ਵਿੱਚ ਮੈਂ ਕਹਾਂਗਾ 90% ਸ਼ਬਦ ਦੇ ਵਿੱਚ ਅਸੀਂ ਦੇਖਿਆ ਅਲਾਪ ਬੱਚੇ ਲੈਂਦੇ ਹਾਂ ਅਲਾਪ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਹੁੰਦਾ ਸਰਗਮ ਅਲਾਪ ਇੱਕ ਹੁੰਦਾ ਬੋਲ ਅਲਾਪ ਹੋਰ ਵੀ ਤਰ੍ਹਾਂ ਦੇ ਹੁੰਦੇ ਪਰ ਮੈਂ ਇਹਨਾਂ ਦੋ ਤੇ ਰੱਖਾਂਗਾ ਸਿਰਫ ਸੋ ਬੱਚੇ ਥੋੜੇ ਧਿਆਨ ਨਾਲ ਸੁਣਿਓ ਆਲ ਦਾ ਕਿਡਸ ਪਲੀਜ਼ ਪੇ ਅਟੈਂਸ਼ਨ because I think I mentioned the same thing 2 years ago so maybe the message lost after 2 years or what happened so everybody was singing or doing sargam alap sargam alap ki hunda shabad chal rahe hain assi shabad de vich jadon khali thaan hundi hai antar to baad ya sthayi to baad assi ਸਾ 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 ਦੇ 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 ਬਾ 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 ਗਾ 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 ਗਾਣਾ ਸ਼ੁਰੂ ਕਰ ਦਿੰਦੇ ਹਾਂ ਉਹਦਾ ਸਾਡਾ ਪਰਪਸ ਕੀ ਹੁੰਦਾ ਕਿ ਅਸੀਂ ਰਾਗ ਨੂੰ ਉਭਾਰ ਰਹੇ ਹਾਂ ਰਾਗ ਉਹਦਾ ਸਰੂਪ ਸੰਗਤ ਨਾਲ ਸ਼ੇਅਰ ਕਰ ਰਹੇ ਹਾਂ ਸਰਗਮ ਅਲਾਪ ਇਜ਼ ਨਾਟ ਪਾਰਟ ਆਫ ਗੁਰਮਤਿ ਸੰਗੀਤ ਇਜ਼ ਨਾਟ ਪਾਰਟ ਆਫ ਸਿੱਖ ਕੀਰਤਨ ਹਾਂ ਜੇ ਰਾਗ ਦਾ ਸਾਡਾ ਕੰਪੀਟੀਸ਼ਨ ਹੋਏ ਦੈਨ ਯੈਸ ਯੂ ਆਰ ਡੂਇੰਗ ਰਾਈਟ ਪਰ ਕਿਤੇ ਨੇ ਲਿਖਿਆ ਵੀ ਰਾਗ ਕੰਪੀਟੀਸ਼ਨ ਹੈ ਆਪਾਂ ਪੜ੍ਹ ਲਈਏ ਹਨਾ ਗੁਰਮਤਿ ਸੰਗੀਤ ਸੰਮੇਲਨ ਹੈ ਸ਼ਬਦ ਕੀਰਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋ ਰਿਹਾ ਸੁਣਨ ਨੂੰ ਇਹ ਵੀ ਮਿਲਦਾ ਜੀ ਚੰਗੇ ਚੰਗੇ ਰਾਗੀ ਕਰਦੇ ਆ ਭਾਈ ਬਲਬੀਰ ਸਿੰਘ ਜੀ ਨੂੰ ਸੁਣ ਲਓ ਉਹਨਾਂ ਤੋਂ ਤਗੜਾ ਕੌਣ ਹੋਏਗਾ ਅੰਮ੍ਰਿਤਸਰ ਵਾਲੇ ਉਹ ਕਰਦੇ ਆ ਫਿਰ ਅਸੀਂ ਕਿਉਂ ਨਾ ਕਰੀ ਸਵਾਲ ਤੇ ਬਣਦਾ ਹਨਾ ਪਰ ਅੱਜ ਭਾਈ ਬਲਬੀਰ ਸਿੰਘ ਜੀ ਨੂੰ ਪੁੱਛ ਕੇ ਦੇਖੋ ਉਹ ਕਰਨਾ ਠੀਕ ਹੈ ਕਿ ਨਹੀਂ ਭਾਈ ਅਵਤਾਰ ਸਿੰਘ ਜੀ ਦਿੱਲੀ ਵਾਲੇ ਭਾਈ ਅਵਤਾਰ ਸਿੰਘ ਗੁਰਚਰਨ ਸਿੰਘ ਜੀ ਉਹਨਾਂ ਨਾਲ ਕਾਫੀ ਨੇੜਤਾ ਦਾ ਸਾਨੂੰ ਮੌਕਾ ਮਿਲਿਆ ਤੇ ਉਹਨਾਂ ਨਾਲ ਉਹਨਾਂ ਦੇ ਗੁਜਰਨ ਤੋਂ ਸਾਲ ਪਹਿਲੇ ਦੀ ਗੱਲ ਹੈ ਤੇ ਸਾਡੀ ਐਵੇਂ ਨਾਲ ਹੀ ਬੈਠੇ ਸੀਗੇ ਸੋ ਉਹਨਾਂ ਤੋਂ ਮੈਂ ਸਿੱਧਾ ਸਿੱਧਾ ਹੀ ਪੁੱਛ ਲਿਆ ਜੀ ਦੱਸੋ ਜਿਹੜਾ ਆਪਾਂ ਸਰਗਮ ਲਾਭ ਕਰਦੇ ਹਾਂ ਇਹ ਕਰਨਾ ਚਾਹੀਦਾ ਹਨਾ ਉਹਨਾਂ ਨਾਲੋਂ ਆਪਾਂ ਉਹਨਾਂ ਨੂੰ ਮੰਨਦੇ ਹਾਂ ਕਿ ਵੀ ਸਾਡੇ ਬਾਬਾ ਬੋਰਡ ਸ਼ਬਦ ਕੀਰਤਨ ਦੇ ਗੁਰਮਤਿ ਸੰਗੀਤ ਦੇ ਕਹਿੰਦੇ ਨਹੀਂ ਕਹਿੰਦੇ ਸ਼ਬਦ ਲਾਪ ਨਹੀਂ ਕਰਨਾ ਜਿਹਦਾ ਬੋਲ ਲਾਪ ਹੋਣਾ ਬੋਲ ਲਾਪ ਤੇ ਆ ਜਾ ਵਟ ਇਜ਼ ਬੋਲ ਲਾਪ ਬੋਲ ਲਾਪ ਇਜ਼ ਯੈਸ ਤੁਸੀਂ ਰਾਗ ਨੂੰ ਭਾਰ ਸਕਦੇ ਹੋ ਬੋਲ ਲਾਪ ਦੇ ਨਾਲ ਵੀ ਉਹਦੇ ਚ ਯੂ ਪਿਕ ਵਨ ਵਰਡ ਫਰੋਮ ਦ ਸ਼ਬਦ ਇਟਸੈਲਫ ਸੋ ਉਸ ਸ਼ਬਦ ਉਸ ਵਰਡ ਨੂੰ ਲੈ ਕੇ ਆਪਾਂ ਰਾਗ ਨੂੰ ਭਾਰ ਸਕਦੇ ਹਾਂ ਉਹਦੇ ਵਿੱਚ ਆਪਾਂ ਡਿਫਰੈਂਟ ਫਾਰਮਸ ਸ਼ੋ ਕਰ ਸਕਦੇ ਹਾਂ ਰਾਗ ਦੀਆਂ ਇੱਕ ਬਹੁਤ ਸੋਹਣੀ ਗੱਲ ਨਾ ਭਾਈ ਅਵਤਾਰ ਸਿੰਘ ਜੀ ਦੀ ਮੈਨੂੰ ਯਾਦ ਆਉਂਦੀ ਹੈ ਉਹ ਕਹਿੰਦੇ ਹੁੰਦੇ ਸੀਗੇ ਤੇ ਉਹਨਾਂ ਨੂੰ ਉਹਨਾਂ ਦੇ ਪਿਤਾ ਜੀ ਕਹਿੰਦੇ ਹੁੰਦੇ ਸੀਗੇ ਭਾਈ ਜਵਾਲਾ ਸਿੰਘ ਜੀ
ਕਹਿੰਦੇ ਜਿਹੜਾ ਜਦੋਂ ਕੀਰਤਨ ਕਰੀਦਾ ਨਾ ਤੇ ਸ਼ਬਦ ਰਾਗ ਦੀ ਘਨੇੜੀ ਚੜਿਆ ਹੋਣਾ ਚਾਹੀਦਾ। ਸ਼ਬਦ ਸ਼ੁੱਡ ਰਾਈਟ ਔਨ ਦ ਸ਼ੋਲਡਰਸ ਆਫ ਦ ਰਾਗ, ਮੀਨਸ ਰਾਗ ਸ਼ੁੱਡ ਨੈਵਰ ਐਵਰ ਡੋਮੀਨੇਟ ਕੀਰਤਨ। ਰਾਗ ਨਾਲ ਗਾਈਡੈਂਸ ਲੈਣੀ ਹੈ ਅਸੀਂ। ਸੋ ਇੰਨੀਆਂ ਕੀ ਬੇਨਤੀਆਂ ਆਪ ਸਭ ਨਾਲ ਸਾਂਝੀਆਂ ਕਰਨੀਆਂ ਸੀਗੀਆਂ। ਬਹੁਤ ਬਹੁਤ ਧੰਨਵਾਦ ਸਾਰੇ ਔਰਗਨਾਈਜ਼ਰਸ ਦਾ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਔਰਗਨਾਈਜ਼ ਕੀਤਾ, ਸਾਰੇ ਬੱਚਿਆਂ ਦਾ, ਪੇਰੈਂਟਸ ਦਾ, ਉਹਨਾਂ ਦੇ ਟੀਚਰਸ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਵੀ ਮਨਜੀਤ ਸਿੰਘ ਜੀ। ਹੁਣ ਮੈਂ ਬੇਨਤੀ ਕਰਾਂਗਾ ਗਿਆਨੀ ਕੇਵਲ ਸਿੰਘ ਜੀ ਨਿਰਦੋਸ਼, ਉਹ ਆਪ ਜੀ ਦਾ 2 ਮਿੰਟ ਦਾ ਸਮਾਂ ਲੈਣਗੇ। ਆਪ ਸੰਸਥਾ ਵੱਲੋਂ ਆਪ ਸਭ ਦਾ ਧੰਨਵਾਦ ਕਰਨਗੇ। ਗਿਆਨੀ ਕੇਵਲ ਸਿੰਘ ਨਿਰਦੋਸ਼ ਜੀ ਨੂੰ ਆਪ ਸਭ ਭਲੀ ਭਾਂਤ ਜਾਣਦੇ ਹੀ ਹੋ ਕਿ ਬਹੁਤ ਲੰਬੇ ਸਮੇਂ ਤੋਂ ਫੌਜ ਦੀ ਨੌਕਰੀ ਤੋਂ ਇੱਥੇ ਪਹੁੰਚ ਕੇ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ, ਰਾਗੀ, ਢਾਡੀ, ਲਿਖਾਰੀ, ਪਤਾ ਨਹੀਂ ਕਿੰਨੇ ਕੁ ਗੁਣ ਉਹ ਸਮੋਈ ਬੈਠੇ ਨੇ ਆਪਣੇ ਵਿੱਚ, ਅਤੇ ਸਾਨੂੰ ਵੀ ਅਸੀਸਾਂ ਬਖਸ਼ਦੇ ਨੇ। ਮੈਂ ਬੇਨਤੀ ਕਰਾਂਗਾ ਗਿਆਨੀ ਕੇਵਲ ਸਿੰਘ ਜੀ ਨਿਰਦੋਸ਼। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੋ ਵੀ ਗੁਰੂ ਸਵਾਰੀ ਸਾਧ ਸੰਗਤ ਜੀ ਬੜੇ ਆਦਰ ਸਤਿਕਾਰ ਸਹਿਤ ਫਤਿਹ ਅਰਦ ਹੈ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਕਹਿਣ 'ਚ ਕੁਝ ਬਚਿਆ ਨੇ ਅਤੇ ਮੈਂ ਕੁਝ ਕਹਿਣਾ ਵੀ ਨਹੀਂ, ਸਿਰਫ ਧੰਨਵਾਦ ਸ਼ਬਦ ਜਿਹੜਾ ਹੈ ਉਹ ਵੀ ਬੜਾ ਛੋਟਾ ਹੈ। ਜੋ ਗੱਲਾਂ ਚਿੱਤ ਵਿੱਚ ਸਨ ਉਹ ਵੀਰ ਮਨਜੀਤ ਸਿੰਘ ਜੀ ਨੇ ਕਰ ਦਿੱਤੀ। ਜੇ ਮੇਰੇ ਮਨ ਵਿੱਚ ਜਿਹੜੀ ਗੱਲ ਸੀਗੀ, ਜਿਹੜਾ ਕੀਰਤਨ ਹੈ ਗੁਰੂ ਮਹਾਰਾਜ ਨੇ ਬਹੁਤ ਵੱਡੀ ਵੱਡਾ ਸਥਾਨ ਬਖਸ਼ਿਆ, ਬਹੁਤ ਵੱਡਾ। ਸਰਬ ਵਿਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣਗਾਨ। ਨਿਮਖ ਕਹਿੰਦੇ ਨੇ ਅੱਖ ਚਮਕਣ ਨੂੰ, ਅੱਖ ਦੇ ਪਲਕਾਰੇ ਦੇ ਸਮੇਂ ਵਿੱਚ ਵੀ ਜੇ ਸੁੱਤ ਜੁੜ ਜਾਏ ਕੀਰਤਨ ਵਿੱਚ, ਤੇ ਸਾਹਿਬ ਕਹਿੰਦੇ ਤਾਹਾਂ ਵਿਕੁੰਠ ਜਾਂ ਕੀਰਤਨ ਦੇਗਾ ਤੂੰ ਆਪੇ ਸ਼ਰਧਾ ਲੈ। ਸੋ ਉਹ ਅਸਥਾਨ ਅਸਥਾਨ ਹੀ ਰਹਿੰਦਾ, ਵੈਕੁੰਠ ਬਣ ਜਾਂਦਾ, ਸਵਰਗ ਬਣ ਜਾਂਦਾ। ਅਤੇ ਅੱਜ ਜਿਹੜੇ ਸਵੇਰ ਤੋਂ ਲੈ ਕੇ ਇੱਥੇ ਬੈਠੇ ਨੇ, ਮੇਰਾ ਵਿਚਾਰ ਸਾਰਿਆਂ ਨੇ ਸਵਰਗ ਦੇ ਵਿੱਚ ਹੀ ਸਮਾਂ ਗੁਜ਼ਾਰਨ ਦਿੱਤਾ। ਧੰਨਤਾ ਦੇ ਯੋਗ ਨੇ ਸੇਵਾ ਦਾ ਪ੍ਰਬੰਧਕ ਨਹੀਂ ਮੈਂ ਕਹਾਂਗਾ, ਇਹ ਬੱਚੇ ਸੇਵਾਦਾਰ ਨੇ ਅਤੇ ਸੇਵਾ ਦੀ ਭਾਵਨਾ ਦੇ ਨਾਲ ਹੀ ਇਹਨਾਂ ਨੇ ਇਹ ਕਾਰਜ 7 ਸਾਲ ਤੋਂ ਕਰ ਰਹੇ ਨੇ। ਮੈਨੂੰ ਬੜਾ ਨੇੜੇ ਹੋ ਕੇ ਹਰ ਸਾਲ ਇਹਨਾਂ ਦੇ ਨਾਲ ਵੇਚਣ ਦਾ ਮੌਕਾ ਮਿਲਦਾ, ਬੱਚੇ ਮਾਣ ਬਖਸ਼ਦੇ ਨੇ, ਪਰ ਨਿਰੋਲ ਸੇਵਾ ਦੀ ਭਾਵਨਾ ਦੇ ਨਾਲ ਇਹ ਕਾਰਜ ਤੁਹਾਡੇ ਸਹਿਯੋਗ ਤੋਂ ਬਗੈਰ, ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ, ਤਨ ਮਨ ਧਨ ਦੇ ਸਹਿਯੋਗ ਤੋਂ ਬਗੈਰ ਨਹੀਂ ਹੋ ਸਕਦਾ। ਜਿਹਦੇ ਵਿੱਚ ਹਰ ਇੱਕ ਗੁਰੂ ਘਰ ਪ੍ਰਬੰਧਕ ਜਿਨ੍ਹਾਂ ਨੂੰ ਗੁਰੂ ਮਹਾਰਾਜ ਨੇ ਮਾਇਆ ਦੀ ਸਮਰੱਥਾ ਬਖਸ਼ੀ ਹੈ, ਉਹ ਮਾਇਆ ਦੁਆਰਾ ਇਸ ਵਿੱਚ ਹਿੱਸਾ ਪਾਉਂਦੇ ਨੇ। ਐਤਕੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਸਤਿਕਾਰ ਜੋ ਖਾਸ ਤੌਰ 'ਤੇ ਗਿਆਨੀ ਨਿਰਿੰਦਰ ਸਿੰਘ ਜੀ ਜਿਨ੍ਹਾਂ ਨੇ ਬੜੀ ਖੁਸ਼ੀ ਦੇ ਨਾਲ ਇਸ ਵਾਰ ਇਸ ਸੇਵਾ ਨੂੰ ਲਿਆ ਹੈ, ਉਹ ਧੰਨਤਾ ਦੇ ਯੋਗ ਨੇ। ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੀ ਕਰਦਾ ਕਿ ਸਤਿਗੁਰ ਸਾਨੂੰ ਸਾਰਿਆਂ ਨੂੰ ਸਮਰੱਥ ਬਖਸ਼ੇ। ਆਖਰੀ ਗੱਲ, ਬੱਚੇ ਅਤੇ ਮਾਤਾ ਪਿਤਾ ਦੇ ਉਸਤਾਦ ਤਿੰਨੇ ਹੀ ਧੰਨਤਾ ਦੇ ਯੋਗ ਨੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ। ਉਸਤਾਦ ਦਾ ਦਰਜਾ ਬਹੁਤ ਵੱਡਾ ਹੁੰਦਾ, ਨੇਕ ਬੰਦੇ ਜਿਹੜੇ ਮੈਂ ਤਾਂ ਕਹਿੰਦਾ ਹੁਣ ਬਈ ਜਿਹੜਾ ਉਸਤਾਦ ਹੈ ਉਹਨਾਂ ਦੇ ਬਚਨ ਜਿਹੜੇ ਨੇ, ਜਿਹੜਾ ਕੋਈ ਧਿਆਨ ਦੇ ਨਾਲ ਸੁਣਦਾ ਹੈ ਉਹ ਕਦੇ ਜ਼ਿੰਦਗੀ ਦੇ ਵਿੱਚ ਖਤਾ ਨਹੀਂ ਖਾਂਦਾ। ਉਹਨਾਂ ਦੇ ਬਚਨ ਹੀ ਇਹੋ ਜਿਹੇ ਅਵਿਨਾਸ਼ੀ ਧਨ ਹੁੰਦੇ ਨੇ। ਸੋਹਰ ਅਤੇ ਨੇਕਾ ਅਗਰ ਬਾਸ਼ਦ ਨਸੀਬ, ਜੇ ਇਹੋ ਜਿਹੇ ਬੰਦਿਆਂ ਦੀ ਸੋਹਬਤ ਮਿਲ ਜਾਏ, ਦੋ ਸ਼ਬਦ ਸੁਣਨ ਨੂੰ ਮਿਲ ਜਾਣ, ਸੋਹਰ ਅਤੇ ਨੇਕਾ ਅਗਰ ਬਾਸ਼ਦ ਨਸੀਬ, ਦੌਲਤ ਜਾਂ ਬੇਦ ਜਾਂ ਬੀ ਹੈ ਹਬੀਬ, ਇਹ ਉਹ ਧਨ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ। ਜ਼ਰਾ ਦਾ ਦੀਦਮ ਕੇ ਖੁਸ਼ੀ ਅਤੇ ਜਹਾਂ ਸ਼ਦਤ ਫੈਜੇ ਸੋਹਬ ਅਤੇ ਸਾਹਿਬ ਦੇ ਨਾਲ, ਇੱਕ ਮਿੱਟੀ ਦਾ ਕਿਣਕਾ ਵੀ ਸੰਸਾਰ ਦਾ ਸੂਰਜ ਬਣ ਜਾਂਦਾ ਹੈ ਜਦੋਂ ਉਹਨੂੰ ਚੰਗੇ ਬੰਦਿਆਂ ਦੀ ਸੰਗਤ ਮਿਲ ਜਾਂਦੀ ਹੈ। ਗੁਰੂ ਕਿਰਪਾ ਕਰੇ ਆਪਾਂ ਨੂੰ ਇਹੋ ਜਿਹੇ ਬੰਦਿਆਂ ਦੀ ਸੋਹਬਤ ਸੰਗਤ ਮਿਲੇ। ਗੁਰੂ ਪਾਤਸ਼ਾਹ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਣ। ਤੁਹਾਡਾ ਸਾਰੀਆਂ ਸੰਗਤਾਂ ਦਾ
ਪ੍ਰਬੰਧਕਾਂ ਦਾ ਸੇਵਾਦਾਰਾਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗਿਆਨੀ ਕੇਵਲ ਸਿੰਘ ਜੀ ਨਿਰਦੋਸ਼। ਹੁਣ ਗਿਆਨੀ ਨਰਿੰਦਰ ਸਿੰਘ ਜੀ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ। ਮੈਂ ਬੇਨਤੀ ਕਰਦਾ ਜੋ ਇਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਜਥੇਦਾਰ ਉਹ ਸਾਡੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਜੀ। ਗਿਆਨੀ ਨਰਿੰਦਰ ਸਿੰਘ ਜੀ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਆਪ ਸਾਰਿਆਂ ਨੇ ਪਹਿਲਾਂ ਵੀ ਸਰਵਣ ਕੀਤਾ ਹੈ ਕਿ ਇਹ ਵੈਨਕੂਵਰ ਸਿੱਖ ਸੁਸਾਇਟੀ ਵੱਲੋਂ ਸਿੱਖ ਸੁਸਾਇਟੀ ਆਫ ਵੈਨਕੂਵਰ ਭਾਈ ਮਰਦਾਨਾ ਗੁਰਮਤਿ ਸੰਗੀਤ ਸੰਮੇਲਨ ਹਰ ਸਾਲ ਕਰਵਾਇਆ ਜਾਂਦਾ ਪਿਛਲੇ 7 ਸਾਲਾਂ ਤੋਂ। ਇਹਨਾਂ 7 ਸਾਲਾਂ ਦੇ ਵਿੱਚ ਇਹ ਦੂਸਰਾ ਗੁਰਮਤਿ ਸੰਗੀਤ ਸੰਮੇਲਨ ਜਿਹੜਾ ਗੁਰਦੁਆਰਾ ਦੂਖਲਵਾਨ ਸਾਹਿਬ ਵਿਖੇ ਹੋ ਰਿਹਾ ਹੈ। ਔਰ ਮੈਂ ਸਮਝਦਾ ਕਿ ਇਹ ਇੱਕ ਬਹੁਤ ਵਧੀਆ ਢੰਗ ਦੇ ਨਾਲ ਇਹਨਾਂ ਨੇ ਉਪਰਾਲਾ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲੋਂ ਜੋ ਗਾਉਣ ਦੀ ਗੱਲ ਕੀਤੀ ਗਈ, ਗਾਵੇ ਤੋਂ ਬਿਨਾਂ ਗਾਉਣ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ। ਜੇ ਪਰਮਾਤਮਾ ਦੀ ਪ੍ਰਾਪਤੀ ਹੈ, ਜੇ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ ਤਾਂ ਉਹ ਕੇਵਲ ਅਤੇ ਕੇਵਲ ਗਾ ਕੇ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਉਸ ਸੰਗੀਤ ਨੂੰ ਗੁਰਬਾਣੀ ਦੇ ਵਿੱਚ ਉਭਾਰਨ ਲਈ ਇਹਨਾਂ ਨੇ ਜੋ ਉਪਰਾਲਾ ਕੀਤਾ ਹੈ, ਔਰ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਹਰ ਸਾਲ ਇਹ ਪ੍ਰੋਗਰਾਮ ਕੀਤੇ ਜਾਂਦੇ ਨੇ, ਔਰ ਸਾਰੇ ਸਿੱਖ ਸੁਸਾਇਟੀਆਂ ਗੁਰਦੁਆਰਾ ਸਾਹਿਬਾਨ ਉਹਨਾਂ ਦੇ ਸਹਿਯੋਗ ਨੂੰ ਇਹ ਨਾਲ ਲੈ ਕੇ ਫਿਰ ਇਹ ਪ੍ਰੋਗਰਾਮ ਕਰਦੇ ਨੇ। ਤਾਂ ਅਸੀਂ ਗੁਰਦੁਆਰਾ ਦੂਖਨਵਾਨ ਸਾਹਿਬ ਜੀ ਦੀ ਸਮੁੱਚੀ ਸੁਸਾਇਟੀ ਵੱਲੋਂ ਸਿੱਖ ਸੁਸਾਇਟੀ ਆਫ ਵੈਨਕੂਵਰ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਦੂਸਰੀ ਵਾਰ ਇਸ ਗੁਰਦੁਆਰਾ ਸਾਹਿਬ ਜੀ ਦੇ ਵਿੱਚ ਇਹ ਪ੍ਰੋਗਰਾਮ ਕਰਨ ਵਾਸਤੇ ਇਸ ਸੁਸਾਇਟੀ ਨੂੰ ਚੁਣਿਆ। ਇਹ ਗੁਰਦੁਆਰਾ ਸਾਹਿਬ ਜੀ ਦਾ ਅਸੀਂ ਪਹਿਲਾਂ ਵੀ ਬਹੁਤ ਵਾਰੀ ਇਹ ਗੱਲ ਕਹਿ ਚੁੱਕੇ ਹਾਂ, ਮੁੱਖ ਮੰਤਵ ਹੈ ਕਿ ਸਾਡਾ ਜਿਹੜਾ ਭਵਿੱਖ ਹੈ, ਸਾਡਾ ਬੱਚੇ ਜਿਹੜੇ ਨੇ ਇਹ ਅਸੀਂ ਸਾਂਭ ਸਕੀਏ। ਔਰ ਅੱਜ ਮੈਂ ਗੁਰਦਾਸ ਸਿੰਘ ਜੀ ਨਾਲ ਇਹ ਵੀ ਗੱਲ ਕਰਦਾ ਸੀ, ਕਈ ਵਾਰ ਵੇਖਣ ਵਿੱਚ ਇਉਂ ਆਉਂਦਾ ਕਿ ਆਪਾਂ ਭਾਵੇਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ। ਮੈਂ ਬਹੁਤ ਵਾਰੀ ਵੇਖਿਆ ਤੁਸੀਂ ਕਿਸੇ ਪਾਰਟੀ 'ਤੇ ਜਾਓ, ਉੱਥੇ ਨਾਲ 4 ਪੈਗ ਵੀ ਲੱਗੇ ਹੁੰਦੇ ਨੇ ਅਤੇ ਫਿਰ ਉੱਥੇ ਗੁਰਦੁਆਰਿਆਂ ਦੀ ਗੱਲ ਚੱਲਦੀ ਹੈ। ਲਓ ਜੀ ਬੱਚਿਆਂ ਲਈ ਕੀ ਕਰਦੇ ਨੇ, ਬੱਚਿਆਂ ਲਈ ਕੀ ਕਰਦੇ ਨੇ, ਬਸ ਵੋਟਾਂ ਭਰੀ ਜਾਂਦੇ ਨੇ, ਬਸ ਲੰਗਰ ਚੱਲੀ ਜਾਂਦੇ ਨੇ। ਕਿਸੇ ਰੇਡੀਓ ਦੇ ਟਾਕ ਸ਼ੋਅ 'ਤੇ ਜਾਓ, ਤੁਹਾਨੂੰ ਇਹੀ ਗੱਲ ਸੁਣਨ ਨੂੰ ਮਿਲੇਗੀ। ਕਿਤੇ ਕਿਸੇ ਦੀ ਮਾਰਗ ਹੋ ਜਾਏ, 10 ਦਿਨ ਬਹਿਣਾ ਪਵੇ, ਉੱਥੇ ਵੀ ਗੁਰਦੁਆਰਿਆਂ ਦਾ ਟੌਪਿਕ ਚੱਲੇਗਾ। ਪਰ ਕੀ ਉਹ ਗੱਲਾਂ ਕਰਨ ਦੇ ਨਾਲ ਅਸੀਂ ਸੱਚਮੁੱਚ ਸੰਜੀਦਾ ਹਾਂ? ਕੀ ਅਸੀਂ ਸੱਚਮੁੱਚ ਆਪਣੇ ਬੱਚਿਆਂ ਨੂੰ ਸਾਂਭਣਾ ਚਾਹੁੰਦੇ ਹਾਂ? ਮੈਂ ਇਹ ਗੱਲ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ। ਅਸੀਂ 1 ਸਤੰਬਰ ਦੇ ਵਿੱਚ ਕੀਰਤਨ ਦਰਬਾਰ ਕਰਵਾਉਂਦੇ ਹਾਂ, ਉਹਦੀ ਐਡਵਰਟਾਈਜ਼ਮੈਂਟ ਕਦੇ ਇੰਨੀ ਨਹੀਂ ਕੀਤੀ ਜਿੰਨੀ ਇਸ ਪ੍ਰੋਗਰਾਮ ਦੀ ਕੀਤੀ ਗਈ ਹੈ। ਆ ਕੰਧ ਕੱਢ ਕੇ ਦੋਵੇਂ ਹਾਲਾਂ ਵਿੱਚ ਬਹਿਣ ਨੂੰ ਜਗ੍ਹਾ ਨਹੀਂ ਹੁੰਦੀ ਉਸ ਕੀਰਤਨ ਦਰਬਾਰ ਦੇ ਵਿੱਚ। ਕਿਉਂ? ਕਿਉਂਕਿ ਉਹਦੇ ਵਿੱਚ ਨਾਮੀ ਜਥੇ ਹੁੰਦੇ ਨੇ ਜਿਨ੍ਹਾਂ ਦਾ ਨਾਂ ਚੱਲਦਾ। ਕੀ ਅਸੀਂ ਆਪਣੇ ਬੱਚਿਆਂ ਲਈ ਏਡੇ ਸੰਜੀਦਾ ਹਾਂ? ਇੰਨੀ ਕੁ ਐਡਵਰਟਾਈਜ਼ਮੈਂਟ ਕੀਤੀ ਗਈ ਵੀ ਬੱਚਿਆਂ ਦਾ ਕੀਰਤਨ ਦਰਬਾਰ ਹੈ, ਬੱਚਿਆਂ ਦਾ ਕੀਰਤਨ, ਔਰ ਹਰ ਸਾਲ ਕੀਤੀ ਜਾਂਦੀ ਹੈ। ਦੂਸਰੇ ਗੁਰੂ ਘਰਾਂ ਵਿੱਚ ਵੀ ਕੀਰਤਨ ਦਰਬਾਰ ਹੁੰਦੇ ਨੇ, ਮੈਂ ਹਰ ਸਾਲ ਜਿੱਥੇ ਇਹਨਾਂ ਦਾ ਕੀਰਤਨ ਦਰਬਾਰ ਹੁੰਦਾ ਉੱਥੇ ਪਹੁੰਚਦਾ। ਪਿਛਲੇ ਸਾਲ ਸਿੰਘ ਸਭਾ ਸੀ, ਉੱਥੇ ਵੀ ਮੈਂ ਗਿਆ। ਪਰ ਅੱਜ ਤੁਸੀਂ ਹਾਲ ਦੀ ਗਿਣਤੀ ਦੇਖੋ ਤੇ ਜਦੋਂ ਮੇਨ ਜਥੇ ਕੋਲ ਆਉਂਦੇ ਨੇ ਉਦੋਂ ਹਾਲਾਂ ਦੀ ਗਿਣਤੀ ਦੇਖੋ। ਕੀ ਇਹ ਗੱਲਾਂ ਕਰਨ ਦੇ ਨਾਲ ਬੱਚੇ ਸਾਂਭੇ ਜਾਣਗੇ? ਕੀ ਖੁੰਡ ਚਰਚਾ ਜਿਹੜੀ ਅਸੀਂ 4 ਬੰਦੇ ਬਹਿ ਕੇ ਕਦੇ 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 ਕਿਤੇ ਕਿ ਉਹਨਾਂ ਕੰਨਾਂ ਰਸਤੇ ਕੰਨ ਰਸਤੇ ਨਾਲ ਕਦੇ ਰੇਡੀਓ ਦੇ ਟਾਕ ਸ਼ੋਅ ਤੇ ਕਦੇ ਕਿਸੇ ਦੇ ਟਾਕ ਸ਼ੋਅ ਤੇ, ਜੀ ਬੱਚਿਆਂ ਨੂੰ ਸਾਂਭੋ। ਬੱਚਿਆਂ ਨੂੰ ਕਿਹਨੇ ਸਾਂਭਣਾ? ਅੱਜ ਬੱਚਿਆਂ ਦਾ ਕੰਪੀਟੀਸ਼ਨ, ਮੇਰੇ ਖਿਆਲ ਬੱਚੇ ਵੱਧ ਨੇ ਮਾਪੇ ਘੱਟ ਨੇ। ਬੱਚਿਆਂ ਦਾ ਜੇ ਬੱਚਿਆਂ ਨੂੰ ਸੱਚਮੁੱਚ ਅਸੀਂ ਸਾਂਭਣਾ ਚਾਹੁੰਦੇ ਹਾਂ ਤੇ ਫਿਰ ਸਾਨੂੰ ਪ੍ਰੈਕਟੀਕਲੀ ਸੀਰੀਅਸ ਹੋ ਕੇ ਬੱਚਿਆਂ ਦੇ ਨਾਲ ਚੱਲਣਾ ਪਵੇਗਾ। ਔਰ ਅਸੀਂ ਹਮੇਸ਼ਾ ਇਹ ਵਚਨਬੱਧਤਾ ਕੀਤੀ ਹੈ ਕਿ ਬੱਚਿਆਂ ਦੇ ਪ੍ਰੋਗਰਾਮ ਲਈ
कोई भी संस्था साढ़े को अप्रोच करे किसी भी संस्था के नाल बोलो सानू कुछ नहीं।